कौन आप की सी ना केड़ा बंदा गया केड़ा बंदा मेरे तीन बंदे मेरे सी केड़ा बंदा तो देखो मेरे घर चो गया जी अरविंद अरविंद गया जी मेरा जी भतीजा लगता जी भतीजा लगता उन्हें कानून ने उन्हें जुर्मा किया गिरफ्तार हो गया तो उन्हें थोड़े घर का नंबर दिता है कितने फड़ लिया जी उन्हें जी कितने फड़े जी उन्हें कितने गिरफ्तार किया जी ओ थाने च पे है कुट्टा लगे ने ना जी ना कुट्टे हो ना जी असी आ जाने हैं जी केड़े थाने च है जी हेलो केड़े थाने च है जी केड़े थाने च है जी हेलो एक फोन कॉल आई सी गी कि कौन सी बंदा की कह रहा सी गा जी देखो तुहाडे सामने कुदरती तुसी आए सी अज हां जी ते तुहाडे सामने मेरे भैण साडे अमरदवार शरावपाल जी ने हां जी जो कि एक्स काउंसलर ने और इन्हां दे फोन ते कॉल आई कुदरती बैठे थे एक मिनट इन्हां ने मैनूं पढ़ाया ते मैं सारा तहकीकात कीती किस तरीके दे नाल लोगां नूं ऐसे जो ठग ने जो कि लोग भोले भाले लोगों ਡਰਾ ਕੇ ਤੇਰਾ ਭਤੀਜਾ ਤੇਰਾ ਤੇਰਾ ਬੇਟਾ ਫੜ ਲਿਆ ਅਰੈਸਟ ਪੈ ਗਈ ਇੰਨੇ 'ਚ ਤੇਰੀ ਗੱਲ ਮੁਕਾ ਦਿੰਦੇ ਇੰਨੇ ਪੈਸੇ ਭੇਜਦੇ ਔਨਲਾਈਨ ਬੈਂਕਿੰਗ ਫਰੋਡ ਕਰਦੇ ਨੇ ਲੋਕ ਔਰ ਮੈਂ ਤੁਹਾਡੇ ਮਾਧਿਅਮ ਦੇ ਰਾਹੀਂ ਲਿਵਿੰਗ ਜਿਹਦੇ ਦੇ ਉੱਤੇ ਅੱਜ ਇਹ ਲੋਕਾਂ ਨੂੰ ਮੈਂ ਇੱਕ ਨਿਮਰਤਾ ਸਾਹਿਬ ਬੇਨਤੀ ਕਰਨੀ ਚਾਹੁੰਦਾ ਕਿ ਕਿਰਪਾ ਕਰਕੇ ਆਪਾਂ ਐਸੀਆਂ ਫੇਕ ਕਾਲ ਤੋਂ ਬਚੀਏ ਔਰ ਜੋ ਵੀ ਐਸੇ ਲੋਕ ਤੁਹਾਨੂੰ ਕਾਲ ਕਰਦੇ ਆ ਬਿਲਕੁਲ ਡਰਨ ਦੀ ਲੋੜ ਨਹੀਂ ਹੈਗੀ ਬਿਲਕੁਲ ਘਬਰਾਉਣ ਦੀ ਲੋੜ ਨਹੀਂ ਹੈਗੀ ਕਿਸੇ ਨੂੰ ਪੈਸੇ ਪਾਉਣ ਦੀ ਲੋੜ ਨਹੀਂ ਹੈਗੀ ਸਭ ਤੋਂ ਪਹਿਲਾਂ ਜਿਸ ਬਾਰੇ ਕਿਉਂਕਿ ਜਿਸਦਾ ਵੀ ਨਾਂ ਇਹ ਪਹਿਲਾਂ ਤੁਹਾਡੇ ਮੂੰਹ ਚੋਂ ਕਢਾਉਂਦੇ ਆ ਕਿ ਤੁਹਾਡਾ ਬੇਟਾ ਕਿੱਥੇ ਆ ਤੁਹਾਡਾ ਭੈਣ ਕਿੱਥੇ ਆ ਤੁਹਾਡਾ ਫਾਦਰ ਕਿੱਥੇ ਆ ਮਤਲਬ ਤੁਹਾਡੇ ਮੂੰਹ ਚੋਂ ਕਢਾ ਕੇ ਤੁਹਾਡੇ ਮੂੰਹ 'ਚ ਗੱਲ ਪਾਉਂਦੇ ਨੇ ਇਸ ਕਰਕੇ ਜਦੋਂ ਵੀ ਤੁਹਾਨੂੰ ਐਸੀ ਕਿਸੇ ਦੀ ਫੇਕ ਕਾਲ ਆਉਂਦੀ ਹੈਗੀ ਆ ਕਿਰਪਾ ਕਰਕੇ ਇੱਕੋ ਦਮ ਆਪਣੇ ਬੈਂਕ ਅਕਾਊਂਟ ਨਹੀਂ ਦੇਣੇ ਉਹਨਾਂ ਨੂੰ ਨਾ ਆਪਣਾ ਕੋਈ KYC ਅਕਾਊਂਟ ਦੇਣਾ ਹੈਗਾ ਨਾ ਕਿਸੇ ਨੂੰ ਕੁਝ ਹੋਰ ਦੇਣਾ ਔਰ ਸਿੱਧਾ ਪੁਲਿਸ ਨੂੰ ਇਤਲਾਹ ਦਿਓ ਔਰ ਕੋਸ਼ਿਸ਼ ਕਰੋ ਉਸ ਫੋਨ ਨੂੰ ਤੁਸੀਂ ਆਪਣੇ ਬਲੌਕ ਲਿਸਟ ਦੇ ਵਿੱਚ ਪਾ ਦਿਓ ਧੰਨਵਾਦ ਥੈਂਕ ਯੂ ਕੌਣ ਆ ਕੀ ਸੀ ਨਾ ਕਿਹੜਾ ਬੰਦਾ ਗਿਆ ਕਿਹੜਾ ਬੰਦਾ ਮੇਰੇ ਤਿੰਨ ਬੰਦੇ ਮੇਰੇ ਸੀ ਕਿਹੜਾ ਬੰਦਾ ਤੁਹਾਡੇ ਕੋਲ ਤੁਹਾਡੇ ਘਰ ਚੋਂ ਕਿਹੜਾ ਬੰਦਾ ਬਾਹਰ ਗਿਆ ਮੇਰੇ ਘਰ ਚੋਂ ਗਿਆ ਜੀ ਅਰਵਿੰਦ ਅਰਵਿੰਦ ਗਿਆ ਜੀ ਤੁਹਾਡਾ ਕੀ ਲੱਗਦਾ ਮੇਰਾ ਜੀ ਭਤੀਜਾ ਲੱਗਦਾ ਜੀ ਭਤੀਜਾ ਲੱਗਦਾ ਉਹਦੇ ਤੇ ਕਾਨੂੰਨ ਨੇ ਕਿੱਥੇ ਫੜ ਲਿਆ ਜੀ ਉਹਨੂੰ ਜੀ ਕਿੱਥੇ ਫੜਿਆ ਜੀ ਉਹਨੂੰ ਕਿੱਥੇ ਗ੍ਰਿਫਤਾਰ ਕੀਤਾ ਜੀ ਉਹ ਥਾਣੇ ਚ ਪਿਆ ਉਹਨੂੰ ਕੁੱਟਾਂ ਲੱਗੇ ਨੇ ਨਾ ਜੀ ਨਾ ਕੁੱਟੇ ਹੋ ਨਾ ਜੀ ਅਸੀਂ ਆ ਜਾਂਦੇ ਆ ਜੀ ਕਿਹੜੇ ਥਾਣੇ 'ਚ ਆ ਜੀ ਹੈਲੋ ਕਿਹੜੇ ਥਾਣੇ 'ਚ ਆ ਜੀ ਕਿਹੜੇ ਥਾਣੇ 'ਚ ਆ ਜੀ ਹੈਲੋ ਇੱਕ ਫੋਨ ਕਾਲ ਆਈ ਸੀਗੀ ਕਿ ਕੌਣ ਸੀ ਬੰਦਾ ਕੀ ਕਹਿ ਰਿਹਾ ਸੀਗਾ ਜੀ ਦੇਖੋ ਤੁਹਾਡੇ ਸਾਹਮਣੇ ਕੁਦਰਤੀ ਤੁਸੀਂ ਆਏ ਸੀ ਅੱਜ ਹਾਂਜੀ ਤੇ ਤੁਹਾਡੇ ਸਾਹਮਣੇ ਮੇਰੇ ਭੈਣ ਸਾਡੇ ਅਮਰਦਵਾਰ ਸ਼ਰਾਵਪਾਲ ਜੀ ਨੇ ਹਾਂਜੀ ਜੋ ਕਿ ਐਕਸ ਕਾਉਂਸਲਰ ਨੇ ਔਰ ਇਹਨਾਂ ਦੇ ਫੋਨ ਤੇ ਕਾਲ ਆਈ ਕੁਦਰਤੀ ਬੈਠੇ ਤੇ ਇੱਕ ਮਿੰਟ ਇਹਨਾਂ ਨੇ ਮੈਨੂੰ ਪੜਾਇਆ ਤੇ ਮੈਂ ਸਾਰਾ ਤਹਿਕੀਕਾਤ ਕੀਤੀ ਕਿਸ ਤਰੀਕੇ ਦੇ ਨਾਲ ਲੋਕਾਂ ਨੂੰ ਐਸੇ ਜੋ ਠੱਗ ਨੇ ਜੋ ਕਿ ਲੋਕ ਭੋਲੇ ਭਾਲੇ ਲੋਕਾਂ ਨੂੰ ਡਰਾ ਕੇ ਤੇਰਾ ਭਤੀਜਾ ਤੇਰਾ ਤੇਰਾ ਬੇਟਾ ਫੜ ਲਿਆ ਅਰੈਸਟ ਪੈ ਗਈ ਇੰਨੇ 'ਚ ਤੇਰੀ ਗੱਲ ਮੁਕਾ ਦਿੰਦੇ ਇੰਨੇ ਪੈਸੇ ਭੇਜਦੇ ਔਨਲਾਈਨ ਬੈਂਕਿੰਗ ਫਰੋਡ ਕਰਦੇ ਨੇ ਲੋਕ ਔਰ ਮੈਂ ਤੁਹਾਡੇ ਮਾਧਿਅਮ ਦੇ ਰਾਹੀਂ ਲਿਵਿੰਗ ਜਿਹਦੇ ਦੇ ਉੱਤੇ ਅੱਜ ਇਹ ਲੋਕਾਂ ਨੂੰ ਮੈਂ ਇੱਕ ਨਿਮਰਤਾ ਸਾਹਿਬ ਬੇਨਤੀ ਕਰਨੀ ਚਾਹੁੰਦਾ ਕਿ ਕਿਰਪਾ ਕਰਕੇ ਆਪਾਂ ਐਸੀਆਂ ਫੇਕ ਕਾਲ ਤੋਂ ਬਚੀਏ ਔਰ ਜੋ ਵੀ ਐਸੇ ਲੋਕ ਤੁਹਾਨੂੰ ਕਾਲ ਕਰਦੇ ਆ ਬਿਲਕੁਲ ਡਰਨ ਦੀ ਲੋੜ ਨਹੀਂ ਹੈਗੀ ਬਿਲਕੁਲ ਘਬਰਾਉਣ ਦੀ ਲੋੜ ਨਹੀਂ ਹੈਗੀ ਕਿਸੇ ਨੂੰ ਪੈਸੇ ਪਾਉਣ ਦੀ ਲੋੜ ਨਹੀਂ ਹੈਗੀ ਸਭ ਤੋਂ ਪਹਿਲਾਂ ਜਿਸ ਬਾਰੇ ਕਿਉਂਕਿ ਜਿਸਦਾ ਵੀ ਨਾਂ ਇਹ ਪਹਿਲਾਂ ਤੁਹਾਡੇ ਮੂੰਹ ਚੋਂ ਕਢਾਉਂਦੇ ਆ ਕਿ ਤੁਹਾਡਾ ਬੇਟਾ ਕਿੱਥੇ ਆ ਤੁਹਾਡਾ
ਭੈਣ ਕਿੱਥੇ ਆ, ਤੁਹਾਡਾ ਫਾਦਰ ਕਿੱਥੇ ਆ, ਮਤਲਬ ਤੁਹਾਡੇ ਮੂੰਹ 'ਚੋਂ ਕਢਾ ਕੇ ਤੁਹਾਡੇ ਮੂੰਹ 'ਚ ਗੱਲ ਪਾਉਂਦੇ ਨੇ। ਇਸ ਕਰਕੇ ਜਦੋਂ ਵੀ ਤੁਹਾਨੂੰ ਐਸੀ ਕਿਸੇ ਦੀ ਫੇਕ ਕਾਲ ਆਉਂਦੀ ਹੈਗੀ ਆ, ਕਿਰਪਾ ਕਰਕੇ ਇੱਕੋ ਦਮ ਆਪਣੇ ਬੈਂਕ ਅਕਾਊਂਟ ਨਹੀਂ ਦੇਣੇ ਉਹਨਾਂ ਨੂੰ, ਨਾ ਆਪਣਾ ਕੋਈ KYC ਅਕਾਊਂਟ ਦੇਣਾ ਹੈਗਾ, ਨਾ ਕਿਸੇ ਨੂੰ ਕੁਛ ਹੋਰ ਦੇਣਾ, ਔਰ ਸਿੱਧਾ ਪੁਲਿਸ ਨੂੰ ਇਤਲਾਹ ਦਿਓ ਔਰ ਕੋਸ਼ਿਸ਼ ਕਰੋ ਉਸ ਫੋਨ ਨੂੰ ਤੁਸੀਂ ਆਪਣੇ ਬਲੋਕ ਲਿਸਟ ਦੇ ਵਿੱਚ ਪਾ ਦਿਓ। ਧੰਨਵਾਦ, ਥੈਂਕ ਯੂ।